ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਲੇਖ ਰਾਏ ਭਿਆਣਾ, ਡਿਵੈਲਪਮੈਂਟ ਮੈਨੇਜਰ ਨੌਰਥ ਹੈੱਡ ਸੁਮਿਲ ਕੈਮੀਕਲ ਬੋਮਬੇ ਦੀ, ਜੋ ਇੰਡੀਅਨ ਮਲਟੀਨੈਸ਼ਨਲ ਕੰਪਨੀ ਹੈ। ਮੈਂ ਅਤੇ ਮੇਰੇ ਸਾਥੀ ਮਿਸਟਰ ਜਗਦੀਪ ਸਿੰਘ ਜੀ, ਉਹਨਾਂ ਦੇ ਨਾਲ ਮਿਸਟਰ ਹਰਜਿੰਦਰ ਸਿੰਘ ਜੀ, ਉਹਨਾਂ ਦੇ ਨਾਲ ਹੀ ਸਾਡੇ ਡਿਸਟ੍ਰੀਬਿਊਟਰ ਸਾਹਿਬਾਨ ਬਾਸੀ ਪੈਸਟੀਸਾਈਡ ਛਾਜਲਾ ਦੇ ਹਰਜੀਤ ਸਿੰਘ ਜੀ ਵੀ। ਅੱਜ ਅਸੀਂ ਪੂਰੀ ਦੀ ਪੂਰੀ ਟੀਮ 16/1/2019 ਨੂੰ ਸਰਦਾਰ ਕੁਲਦੀਪ ਸਿੰਘ ਜੀ, ਪਿਤਾ ਜੀ ਦਾ ਨਾਮ ਸਰਦਾਰ ਰਾਮ ਸਿੰਘ ਜੀ, ਪਿੰਡ ਛਾਜਲਾ, ਤਹਿਸੀਲ ਸੁਨਾਮ, ਡਿਸਟ੍ਰਿਕਟ ਸੰਗਰੂਰ ਦੇ ਵਿੱਚ ਅੱਜ ਪਹੁੰਚੇ ਹਾਂ। ਦੋਸਤੋ, ਇਹ ਜਿਹੜੀ ਤੁਸੀਂ ਇਹਨਾਂ ਦੇ ਪਿੱਛੇ ਵਾਲੀ ਕਣਕ ਦੇਖ ਰਹੇ ਹੋ, ਇਹਦੇ ਵਿੱਚ ਮਿਸਟਰ ਹਰਜਿੰਦਰ ਸਿੰਘ ਜੀ ਨੇ 18/12/2018 ਨੂੰ 2 ਕਿਲੋ ਜਿੰਦਾ ਜ਼ਬਰਦਸਤ ਜਿੰਕ ਪਲੱਸ 1.5 ਕਿਲੋ ਕੋਸਾ ਮਿਲ ਗੋਲਡ ਦਾ, ਦੋਨਾਂ ਦਾ ਮਿਲਾ ਕੇ ਇਹਦੇ ਵਿੱਚ ਛਿੱਟਾ ਦਿਵਾਇਆ ਸੀ। ਉਸ ਤੋਂ ਬਾਅਦ ਅੱਜ ਅਸੀਂ 16/1/2019 ਨੂੰ ਇਹਨਾਂ ਦੇ ਖੇਤ ਦੇ ਵਿੱਚ ਪਹੁੰਚੇ ਹਾਂ ਅਤੇ ਬਾਈ ਜੀ ਕੋਲ ਪੁੱਛਦੇ ਹਾਂ ਬਈ, ਜਿੱਥੇ ਕੋਸਾ ਮਿਲ ਗੋਲਡ ਅਤੇ ਜਿੰਦਾ ਖਾਦ ਪਾਈ ਹੈ ਅਤੇ ਜਿੱਥੇ ਨਹੀਂ ਪਾਈ, ਇਹਨਾਂ ਦੋਨਾਂ ਦੇ ਵਿੱਚ ਤੁਹਾਨੂੰ ਆਪਸ ਦੇ ਵਿੱਚ ਕੀ ਫਰਕ ਨਜ਼ਰ ਆ ਰਿਹਾ? ਇੱਕ ਵਾਰੀ ਮੈਂ ਤੁਹਾਨੂੰ ਦੁਬਾਰਾ ਦਿਖਾ ਦਿਆਂ। ਦੋਸਤੋ, ਇਹ ਜਿਹੜੀ ਕਣਕ ਹੈਗੀ ਹੈ, ਇਹ ਟ੍ਰੀਟਡ ਪਲਾਂਟ ਆ, ਯਾਨੀ ਕਿ ਇਹਦੇ ਵਿੱਚ ਆਪਾਂ ਜਿਹੜੀ ਹੈਗੀ ਹੈ ਕੋਸਾ ਮਿਲ ਗੋਲਡ ਅਤੇ ਜਿੰਦਾ ਪਾਈ ਹੈ। ਔਰ ਅਗਰ ਤੁਹਾਨੂੰ ਦੂਸਰੀ ਕਣਕ ਲੈਫਟ ਸਾਈਡ ਵਾਲੀ ਦਿਖਾਈਏ ਅਤੇ ਇਹ ਵਾਲੀ ਜਿਹੜੀ ਹੈਗੀ, ਇਹ ਕੰਟਰੋਲ ਪਲਾਟ ਹੈ। ਬਾਈ ਜੀ, ਸਤਿ ਸ਼੍ਰੀ ਅਕਾਲ ਵੀਰ ਮੇਰੇ। ਇਹ ਜਿਹੜੇ ਤੁਸੀਂ ਬੂਟੇ ਹੱਥ ਦੇ ਵਿੱਚ ਭਾਈ ਸਾਹਿਬ ਲੈ ਕੇ ਫੜ ਕੇ ਖੜ੍ਹੇ ਹੈ, ਇਹ ਆਪਾਂ ਤੁਹਾਡੇ ਸਾਹਮਣੇ ਪੱਟੇ ਹੈ, ਠੀਕ ਹੈ? ਹੁਣ ਤੁਸੀਂ ਵੀਰ ਮੇਰੇ ਇਹ ਦੱਸੋ ਵੀ ਜਿੱਥੇ ਆਪਾਂ ਜਿੰਦਾ ਖਾਦ ਅਤੇ ਕੋਸਾ ਮਿਲ ਗੋਲਡ ਪਾਈ ਹੈ ਅਤੇ ਜਿਹੜੇ ਬੂਟਿਆਂ ਦੇ ਵਿੱਚ ਆਪਾਂ ਨਹੀਂ ਪਾਈ, ਬਈ ਦੋਨਾਂ ਦੇ ਵਿੱਚ ਤੁਹਾਨੂੰ ਕੀ ਫਰਕ ਨਜ਼ਰ ਆ ਰਿਹਾ? ਹਾਂ, ਜੜਾਂ ਦਾ ਰਿਹਾ ਇਹਨਾਂ ਦਾ ਜੀ, ਇਹ ਬਾਕੀ ਇਹਨਾਂ ਦੇ ਆਹ ਪੱਤਿਆਂ ਦਾ ਵੀ ਫਰਕ ਹੈ, ਸਾਰਿਆਂ ਦਾ ਲੱਭ ਕੇ ਹੋਏ ਨੇ ਤੇ ਆਹ ਕਾਲੇ ਨੇ ਜੀ। ਠੀਕ ਹੈ ਜੀ, ਪੱਤਿਆਂ ਦਾ ਵੀ ਪੱਤਿਆਂ ਦਾ ਜੀ। ਜ਼ਿਮੀਦਾਰ ਭਰਾ ਕਹਿੰਦੇ ਆ ਵੀ ਜਦੋਂ ਅਸੀਂ ਪਾਣੀ ਲਾਉਂਦੇ ਹਾਂ ਇਹ ਕਣਕ ਨੂੰ, ਜਿਹਦੇ ਵਿੱਚ ਨਹੀਂ ਖਾਦ ਪਾਈ ਉਹਨਾਂ ਪੀਲੀ ਪੈ ਜਾਂਦੀ ਹੈ, ਇਹਨਾਂ ਨੇ ਸਪਰੇਹਾਂ ਕਰਕੇ ਮੰਨ ਕੇ ਠੀਕ ਕੀਤੀ ਹੈ ਕਣਕ, ਜਿੱਥੇ ਅਸੀਂ ਪਾਇਆ ਸੀ ਉੱਥੇ ਕੋਈ ਪੀਲਾ ਪਣ ਨਹੀਂ ਆਇਆ, ਇਹਨਾਂ ਨੇ ਪਾਣੀ ਵੀ ਲਾਇਆ ਸੀ ਕੋਈ ਪੀਲੀ ਨਹੀਂ ਹੋਈ ਕਣਕ, ਉੱਥੇ ਮੰਨ ਕੇ ਹੈੱਡ ਵੀ ਜ਼ਿਆਦੇ ਆ ਕਹਿੰਦੇ, ਤੇ ਜਿਹੜੀ ਇਹ ਆਪਣੇ ਸੈਕੰਡਰੀ ਰੂਟਸ ਡਿਵੈਲਪਮੈਂਟ ਹੈ ਜ਼ਿਆਦਾ ਜੜਾ ਦਾ ਜੜਾ। ਹੋਰ ਵੀਰ ਜੀ ਕੀ ਫਰਕ ਆਉਂਦਾ ਇਹ ਚ? ਫਰਕ ਬਹੁਤ ਹੈ ਜੀ, ਕਣਕ ਦਾ ਇੱਕ ਤਾਂ ਪੀਲੀ ਨਹੀਂ ਹੁੰਦੀ ਜਦੋਂ ਆਪਾਂ ਮਤਲਬ ਪਾਣੀ ਲਾਉਣੇ ਆ। ਠੀਕ ਹੈ ਜੀ, ਹਾਂਜੀ, ਅੱਛਾ ਜੀ। ਦੇਖੋ ਵੀਰ ਮੇਰੇ, ਜਿਹੜੇ ਤੁਸੀਂ ਪਲਾਂਟ ਲੈ ਕੇ ਖੜ੍ਹੇ ਹੋ, ਇਹ ਬਾਈ ਜੀ ਦਾ ਇਹ ਕਹਿਣਾ ਹੈਗਾ ਵੀ ਇਹਦੇ ਵਿੱਚ ਆਪਾਂ ਕੋਸਾ ਮਿਲ ਗੋਲਡ ਅਤੇ ਜਿੰਦਾ ਪਾਈ ਹੈ, ਇਹਦੇ ਵਿੱਚ ਜਿਹੜੀ ਹੈਗੀ ਆਪਾਂ ਨਹੀਂ ਪਾਈ। ਨੰਬਰ ਇੱਕ 'ਤੇ ਇਹਦਾ ਕਹਿ ਰਿਹਾ ਕਿ ਇਹਦਾ ਜਿਹੜਾ ਰੂਟਸ ਡਿਵੈਲਪਮੈਂਟ ਹੈ, ਸੈਕੰਡਰੀ ਰੂਟਸ ਡਿਵੈਲਪਮੈਂਟ, ਜਿਹੜੀ ਕਿ ਕੈਰੀ ਕੈਰੀ ਜੜ੍ਹਾ, ਇਕੱਲਾ ਬੂਟਾ ਖੁਰਾਕ ਕਦੇ ਵੀ ਨਹੀਂ ਖਿੱਚ ਸਕਦਾ। ਜਿੰਨਾ ਸੈਕੰਡਰੀ ਰੂਟਸ ਡਿਵੈਲਪਮੈਂਟ ਜ਼ਿਆਦਾ ਹੋਊਗਾ, ਥੱਲੇ ਪਿਆ ਜਿੰਨਾ ਸਮਾਨ ਆ ਬੂਟਾ ਖੁਰਾਕ 'ਚ ਨਹੀਂ ਸ਼ੁਰੂ ਕਰ ਦੂਗਾ, ਖੁਰਾਕ 'ਚ ਨਹੀਂ ਸ਼ੁਰੂ ਕਰ ਦੂਗਾ, ਉਹਦਰਾਂ ਜਿਹੜੀਆਂ ਸ਼ਾਖਾਵਾਂ ਤਾਂ ਨਹੀਂ ਵਧਣਗੇ, ਸ਼ਾਖਾਵਾਂ ਤਾਂ ਨਹੀਂ ਵਧਣਗੇ, ਤਾਂ ਵੀਰ ਮੇਰੇ ਆਟੋਮੈਟਿਕਲੀ ਝਾੜ ਦੇ ਵਿੱਚ 2 ਕੁਇੰਟਲ ਲੈ ਕੇ 3 ਕੁਇੰਟਲ ਦਾ 1 ਕਿਲੋ ਝਾੜ ਦੇ ਵਿੱਚ ਫਰਕ ਹੋਊਗਾ। ਦੂਜੇ ਨੰਬਰ 'ਤੇ ਅਗਰ ਆਪਾਂ ਇਹਦੀ ਸ਼ਾਖਾਵਾਂ ਦੇਖੀਏ, ਇਹਦੇ ਨਾਲ ਜਿਹੜੇ ਹੈਗੇ ਆ, ਇਹਦੇ ਜਿਹੜੇ ਤਣੇ ਹੈਗੇ ਉਹ ਜ਼ਿਆਦਾ ਹੈਗੇ ਆ, ਠੀਕ ਹੈ? ਤੀਜੀ ਗੱਲ, ਅਗਰ ਇਹਦੀ ਹਾਈਟ ਦੀ, ਕੱਦ ਦੀ ਗੱਲ ਕਰੀਏ, ਤੇ ਕੱਦ ਦੇ ਵਿੱਚ ਵੀ ਤੁਸੀਂ ਬੜਾ ਕਲੀਅਰ ਦੇਖ ਸਕਦੇ ਹੋ ਕਿ ਇਹਦੇ ਜਿਹੜੇ ਕੱਦ ਹੈਗਾ ਹਾਈਟ ਇਹਦੀ ਜ਼ਿਆਦਾ ਹੈਗੀ ਆ। ਚੌਥੀ ਗੱਲ 'ਤੇ ਇਹਦੇ ਵੀ ਮੇਰੇ ਜਿਹੜੇ ਦੇ ਪੱਤੇ ਹੈਗੇ ਆ ਉਹ ਗਰੀਨ ਵੀ ਹੈ ਅਤੇ ਚੌੜੇ ਵੀ ਜ਼ਿਆਦਾ ਹੈਗੇ, ਜਿੰਨੇ ਪੱਤੇ ਗਰੀਨ ਮਤਲਬ ਚੌੜੇ ਹੋਣਗੇ ਉਹ ਕਲੋਰੋਫਿਲ ਜਿਹੜੇ ਪਲਾਂਟ ਹੈਗਾ ਉਹ ਇਮੀਡੀਏਟਲੀ ਜਿਹੜਾ ਹੈਗਾ ਜ਼ਿਆਦਾ ਲਏਗਾ। ਇੱਕ ਡਾਕਟਰ ਸਾਹਿਬ, 2 ਪੌਦੇ ਨੇ, 2 ਹੀ ਨੇ। ਹਾਂ ਬਿਲਕੁਲ ਸਹੀ ਹੈ, 2 ਹੀ ਪੌਦੇ ਹੈਗੇ, 2 ਹੀ ਹੈਗੇ। ਠੀਕ ਹੈ ਵੀਰ ਮੇਰੇ, ਹੁਣ ਤੁਸੀਂ ਆਪਣੇ ਵਾਸਤੇ ਅਤੇ ਦੂਜੇ ਜ਼ਿਮੀਦਾਰਾਂ ਵਾਸਤੇ ਕੀ ਕਹਿਣਾ ਚਾਹੋਗੇ ਵੀ ਆਪਣੇ ਜਿਸ ਤਰ੍ਹਾਂ ਬਾਸੀ ਪੈਸਟੀਸਾਈਡ ਡਿਸਟ੍ਰੀਬਿਊਟਰ ਸਾਡੇ ਸਾਹਿਬਾਨ ਵੀ ਨਾਲ ਪਹੁੰਚੇ ਆ, ਹਰਜੀਤ ਜੀ ਵੀ ਖੜ੍ਹੇ ਆ, ਇਹ ਆਪਣੇ ਜ਼ਿਮੀਦਾਰਾਂ ਵਾਸਤੇ ਚੀਜ਼ ਚੰਗੀ ਹੈ ਕਿ ਮਾੜੀ ਹੈ, ਵੀ ਆਪਾਂ ਨੂੰ ਵਰਤਾਉਣੀ ਚਾਹੀਦੀ ਕਿ ਕਿਵੇਂ ਹੈ? ਦੇਖ ਕੇ ਤਾਂ ਵਧੀਆ ਚੀਜ਼ ਆਈ ਆਪਾਂ ਪਾਈਏ, ਵਧੀਆ ਚੀਜ਼ ਆ। ਹਾਂਜੀ ਠੀਕ ਹੈ, ਰਿਜ਼ਲਟ ਵਧੀਆ ਨਿਕਲਦਾ। ਅੱਛਾ ਜੀ, ਬਾਕੀ ਅੱਡੋ ਅੱਡੋ ਅਗਲਾ ਵੀ ਇਹ ਬਾਈ ਜੀ ਜ਼ਮੀਨ ਵਾਸਤੇ ਵੀ ਸੇਫ ਹੈ, ਕਿਉਂਕਿ ਇੱਕ ਖੁਰਾਕੀ ਤੱਤ ਨੇ ਜ਼ਮੀਨ ਦੇ, ਜ਼ਿੰਕ ਹੈ ਜੀ ਅਤੇ ਸਲਫਰ ਹੈ, ਕੋਈ ਇਹ ਫਾਲਤੂ ਚੀਜ਼ ਨਹੀਂ ਹੈਗੀ, ਤੁਸੀਂ ਇਹਨੂੰ ਵਰਤੋ, ਤੁਹਾਡੀ ਸਿਹਤ ਵਾਸਤੇ ਵੀ ਚੰਗਾ ਅਤੇ ਤੁਹਾਡੀ ਜ਼ਮੀਨ ਵਾਸਤੇ ਵੀ ਚੰਗਾ ਜੀ। ਇਹਦੇ ਨਾਲ ਯੂਰੀਆ ਵੇਖ ਮੇਰੇ, ਹਾਂਜੀ ਯੂਰੀਆ ਘੱਟ ਤੋਂ ਘੱਟ ਪਾਇਆ ਕਰੋ, ਜਿੰਨੀ ਤੁਸੀਂ ਯੂਰੀਆ ਪਾ ਰਹੇ ਹੋ ਜਿੰਨੇ ਉਹਦੇ ਵਿੱਚ ਯੂਰੀਆ, 35-35 ਕਿਲੋ ਵੀਰ ਮੇਰੇ 3 ਵਾਰੀ ਕਣਕ 'ਚ ਯੂਰੀਆ ਪਾਉਣੀ ਚਾਹੀਦੀ, ਜ਼ਿਆਦਾ ਯੂਰੀਆ ਪਾਉਣ ਦਾ ਫਾਇਦਾ ਨਹੀਂ ਹੈ। ਹਾਂਜੀ ਜਗਦੀਪ ਸਿੰਘ ਜੀ, ਤੁਹਾਡਾ ਇਸ ਦੇ ਬਾਰੇ ਕੀ ਕਹਿਣਾ? ਥੈਂਕ ਯੂ ਭੈਣਾ ਜੀ, ਜਿਸ ਤਰ੍ਹਾਂ ਆਪਾਂ ਨੂੰ ਇਹ ਲਾਈਵ ਪਲਾਂਟ ਦਿਖੀ ਰਹੇ ਨੇ, ਹਾਂਜੀ ਇਹਦੇ ਵਿੱਚ ਇੱਕ ਤਾਂ ਜੋ ਸੈਕੰਡਰੀ ਰੂਟ ਡਿਵੈਲਪਮੈਂਟ ਹੈ ਬਹੁਤ ਜ਼ਿਆਦਾ ਹੋਇਆ, ਠੀਕ ਹੈ, ਅਤੇ ਟਿਲਰਿੰਗ ਵੀ ਇਹਦੀ ਕਾਫੀ ਜ਼ਿਆਦਾ ਅਤੇ ਗਰੋਥ ਦੇ ਵਿੱਚ ਵੀ ਫਰਕ ਆ। ਇਹ ਇਸੇ ਕਰਕੇ ਆ ਕਿਸਾਨ ਵੀਰੋ ਵੀ ਜਦੋਂ ਆਪਾਂ ਇਹਦਾ ਛਿੱਟਾ ਦਿੰਦੇ ਹਾਂ ਜਿੰਦਾ ਖਾਦ ਦਾ, ਇਹ ਆਪਣੇ ਆਪ ਵਿੱਚ ਇਹਦੀ ਇੱਕ ਖਾਸੀਅਤ ਆ
ਵੀ ਇਹ ਨੀਚੇ ਤਹਿ ਬਣਾ ਲੈਂਦੀ ਆਪਣੀ, ਜਦੋਂ ਉਹਦੇ ਵਿੱਚ ਤੁਸੀਂ ਦੂਜੇ ਵੀ ਫਰਟੀਲਾਈਜ਼ਰ ਯੂਜ ਕਰਦੇ ਹੋ, ਯੂਰੀਆ DAP ਪਾਇਆ ਨੀਚੇ, ਤਾਂ ਉਹਨੂੰ ਵੇਸਟ ਹੋਣ ਤੋਂ ਰੋਕਦਾ, ਉਹਨੂੰ ਲੀਚਿੰਗ ਹੋਣ ਤੋਂ ਰੋਕਦਾ, ਤਾਂ ਜਦੋਂ ਬੂਟਾ ਜਿਹੜੀ ਯਾਰ ਆਪਣੀ ਇਹ ਜਿੱਥੇ ਆਪ ਦੋ ਤੱਤ ਨੇ ਉਹ ਤਾਂ ਪੂਰੇ ਹੁੰਦੇ ਹੁੰਦੇ ਨੇ, ਉਹ ਤੋਂ ਇਲਾਵਾ ਜਿਹੜੇ ਦੂਜੇ NPK ਤੁਸੀਂ ਵਰਤਦੇ ਹੋਗੇ, ਨਾਈਟ੍ਰੋਜਨ, ਫਾਸਫੋਰਸ ਅਤੇ ਕੈਲਸ਼ੀਅਮ, ਉਹ ਵੀ ਬੂਟੇ ਨੂੰ ਪੂਰੀ ਮਾਤਰਾ ਦੇ ਵਿੱਚ ਮਿਲਦੇ ਨੇ, ਤਾਂ ਇਹ ਆਪਾਂ ਨੂੰ ਗਰੋਥ ਜੋ ਤੁਹਾਡੀ ਮਿਲ ਰਹੀ ਹੈ ਉਸੇ ਦਾ ਮੁੱਢਲਾ ਨਤੀਜਾ ਗਾ। ਜਿਹੜਾ ਅਨਟਰੀਟਡ ਪਲਾਂਟ ਆ ਉਹਦੇ ਵਿੱਚ ਗਰੋਥ ਘੱਟ ਆ, ਉਹਦਾ ਇਹੀ ਰੀਜ਼ਨ ਹੈਗਾ, ਉਹਦੀ ਟਿਲਰਿੰਗ ਵੀ ਘੱਟ ਆ ਅਤੇ ਸੈਕੰਡਰੀ ਰੂਟ ਪਲੈਨ ਵੀ ਬਹੁਤ ਜ਼ਿਆਦਾ ਘੱਟ ਹੈਗਾ। ਇਹ ਸਿਰਫ ਜਿੰਦਾ ਖਾਦ ਦੀ ਹੀ ਦੇਣ ਆ, ਜੋ ਦੂਜੇ ਸੈਕੰਡਰੀ ਰੂਟ ਆਪਣੇ ਜ਼ਿਆਦਾ ਨੇ ਅਤੇ ਨਾਲ ਇਹਦੀ ਹਾਈਟ ਜ਼ਿਆਦਾ ਗੀ, ਤਾਂ ਇਹ ਦੂਜੇ ਜੋ ਆਪਣੇ ਦੂਸਰੇ ਤੱਤ ਪਾਉਂਦੇ ਆਪਾਂ ਉਹਨਾਂ ਨੂੰ ਮਿਲਣ ਦੇ ਵਿੱਚ ਸਹਾਈ ਹੁੰਦਾ ਇਹ। ਦੇਖੋ ਜੀ, ਹਰਜਿੰਦਰ ਸਿੰਘ ਨੇ ਜਿਹੜਾ ਡੈਮੋ ਲਾਇਆ ਸੀਗਾ, ਹਾਂਜੀ, ਮੈਨੂੰ ਤਾਂ ਪਤਾ ਨਹੀਂ ਸੀ ਵੀ ਡੈਮੋ ਲਾਇਆ, ਪਰ ਅੱਜ ਜਦੋਂ ਮੈਂ ਤੁਸੀਂ ਨੇ ਬੁਲਾਇਆ ਕਹਿੰਦੇ ਵੀ ਆਪਾਂ ਕੋਈ ਫਰਕ ਦੇਖਣਾ, ਤਾਂ ਮੈਂ ਅੱਗੇ ਦੇਖਿਆ ਤਾਂ ਮੈਨੂੰ ਕੁਦਰਤੀ ਫਰਕ ਇਹਦੇ ਵਿੱਚ ਲੱਗ ਰਿਹਾ। ਇਹਦੀ ਹਾਈਟ ਵੀ ਬਹੁਤ ਜ਼ਿਆਦਾ ਹੈ, ਔਰ ਜਿਹੜੀਆਂ ਦੀ ਰੂਟਸ ਨੇ, ਰੂਟਸ ਲੰਬੀਆਂ ਵੀ ਹੈਗੀਆਂ ਔਰ ਰੂਟਸ ਫੈਲਰੀਆਂ ਹੋਈਆਂ ਵੀ ਜ਼ਿਆਦਾ ਨੇ, ਔਰ ਇਹਦੀਆਂ ਰੂਟਸ ਘੱਟ ਨੇ। ਜਦੋਂ ਰੂਟਸ ਜ਼ਿਆਦਾ ਹੋਊਗੀ ਜੀ, ਪੌਦਾ ਆਟੋਮੈਟਿਕਲੀ ਜਿਹੜੇ 16 ਦੇ 16 ਤੱਤ ਆਪਣੇ ਲੈਂਦਾ ਹੈ, ਤਾਂ ਉਹ ਆਸਾਨੀ ਨਾਲ ਲੈ ਲੂਗਾ, ਲੈ ਲੂਗਾ। ਇਹਨਾਂ ਨਾਲ ਵੀ ਇਹ ਹੈ ਵੀ ਜਿੰਦਾ ਜਿੰਕ ਪਾਉਣੀ ਚਾਹੀਦੀ ਹੈ। ਠੀਕ ਹੈ ਵੀਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ।